ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ ਕਿਵੇਂ ਹੋ ਸਾਰੇ? ਬਹੁਤ ਵਧੀਆ ਹੋਵੋਗੇ ਉਮੀਦ ਕਰਦੀ ਆ ਜੀ। ਤਾਂ ਦੋਸਤੋ ਅਸੀਂ ਗੱਲ ਕਰਾਂਗੇ ਸਾਡਾ ਅੱਜ ਕੱਲ ਦਾ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਹੋ ਗਿਆ ਵਾ। ਮਤਲਬ ਅੱਜ ਤੋਂ 25 ਤੋਂ 30 ਸਾਲ ਪਹਿਲਾਂ ਦੀ ਗੱਲ ਕਰੀਏ, ਜਦੋਂ ਅਸੀਂ ਆਪਣੇ ਬਚਪਨ ਵਿੱਚ ਸੀਗੇ, ਸਾਡਾ ਬਚਪਨ ਅੱਜ ਦੇ ਬਚਪਨ ਨਾਲੋਂ, ਜਿਹੜੇ ਅੱਜ ਕੱਲ ਦੇ ਬੱਚਿਆਂ ਦਾ ਬਚਪਨ ਹੈ ਉਹਨਾਂ ਨਾਲੋਂ ਸਾਡਾ ਬਚਪਨ ਅਖੀਰਲਾ ਹੀ ਬਚਪਨ ਹੋਵੇਗਾ, ਜੋ ਕਿ ਵਧੀਆ ਸੀਗਾ। ਸਭ ਕੁਝ ਪਿਓਰ ਹੁੰਦਾ ਸੀਗਾ, ਕੁਝ ਵੀ ਮਿਲਾਵਟੀ ਨਹੀਂ ਹੁੰਦਾ ਸੀਗਾ। ਤੇ ਅੱਜ ਤਾਂ ਜਿੱਦਾਂ ਫਿਜ਼ੀਕਲ ਐਕਟੀਵਿਟੀਜ਼ ਵੀ ਬਹੁਤ ਜ਼ਿਆਦਾ ਘਟ ਗਈਆਂ, ਤਕਰੀਬਨ ਘਟ ਕੀ ਗਈਆਂ, ਨਾ ਮਾਤਰ ਹੀ ਹੋ ਗਈਆਂ। ਫਾਸਟ ਫੂਡ ਇੰਨੇ ਜ਼ਿਆਦਾ ਵੱਧ ਗਏ ਵੇ। ਅੱਜ ਕੱਲ ਤੁਸੀਂ ਅਗਰ ਘਰ ਤੋਂ ਬਾਹਰ ਨਿਕਲੋਗੇ, ਤੁਹਾਨੂੰ ਹਰੇਕ ਚੌਂਕ ਤੇ, ਹਰੇਕ ਨੁੱਕੜ ਤੇ, ਹਰੇਕ ਚੌਰਾਹੇ ਤੇ ਇੰਨੇ ਜ਼ਿਆਦਾ ਫਾਸਟ ਫੂਡਾਂ ਦੇ ਸਟਾਲ ਦੇਖਣ ਨੂੰ ਮਿਲਣਗੇ, ਆਪਣੇ ਆਪ ਹੀ ਉੱਧਰ ਜਾਓਗੇ ਤੁਸੀਂ। ਸਾਡਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੋ ਗਿਆ ਵਾ, ਫਾਸਟ ਫੂਡ ਖਾ ਖਾ ਕੇ ਸਾਨੂੰ ਉਨੀਆਂ ਹੀ ਸਾਨੂੰ ਬਿਮਾਰੀਆਂ ਨੇ ਘੇਰ ਲਿਆ ਵਾ। ਤੇ ਅਸੀਂ ਫਿਰ ਕਹਿ ਦਿੰਦੇ ਆ ਜੀ ਸਭ ਕੁਛ ਮਿਲਾਵਟੀ ਹੈ ਇਹਨਾਂ। ਅਗਰ ਅਸੀਂ ਚਲੋ ਚੌਂਕ ਤੱਕ ਵੀ ਨਹੀਂ ਜਾਂਦੇ ਆ ਨਾ, ਤਾਂ ਵੇਚਣ ਵਾਲੇ ਸਮਾਨ ਸਾਡੇ ਘਰ ਘਰ ਤੱਕ, ਸਾਡੇ ਗੇਟਾਂ ਦੇ ਅੱਗੇ ਵੀ ਆ ਜਾਂਦੇ ਨੇ। ਕਿੰਨੇ ਜ਼ਿਆਦਾ ਦਿਨ ਵਿੱਚ ਆਉਂਦੇ ਨੇ ਆ, ਰੇੜੀਆਂ ਫੜੀਆਂ ਵਾਲੇ, ਕੋਈ ਅਬੇਲਪੁਰੀ ਵਾਲਾ ਤੁਰਿਆ ਵਾ, ਕੋਈ ਡੋਸੇ ਵਾਲਾ ਤੁਰਿਆ ਵਾ, ਕੋਈ ਟਿੱਕੀਆਂ ਵਾਲਾ ਤੁਰਿਆ ਵਾ, ਕੋਈ ਮੋਮੋਸ ਵਾਲਾ ਤੁਰਿਆ ਵਾ, ਕੋਈ ਕੁਲਚਿਆਂ ਵਾਲਾ ਤੁਰਿਆ ਵਾ, ਕੋਈ ਸਮੋਸਿਆਂ ਵਾਲਾ ਤੁਰਿਆ ਵਾ, ਮਤਲਬ ਕੋਈ ਨਾ ਕੋਈ ਤੁਰਿਆ ਵਾ ਹੀ ਹੈ। ਤੇ ਬੱਚੇ ਤਾਂ ਆਟੋਮੈਟਿਕਲੀ ਉੱਧਰ ਹੀ ਜਾਣਗੇ। ਤੇ ਅੱਜ ਦੇ ਟਾਈਮ ਵਿੱਚ ਜਿਵੇਂ ਸਾਈਕਲ ਵੀ ਇੰਨੇ ਜ਼ਿਆਦਾ ਨਹੀਂ ਰਹਿ ਗਏ ਵੇ, ਸਾਡੇ ਉਸ ਟਾਈਮ ਬਚਪਨ ਵਿੱਚ ਨਾ ਸਾਈਕਲ ਦੀ ਲੋੜ ਹੁੰਦੀ ਸੀਗੀ, ਤੇ ਅੱਜ ਲੋਕਾਂ ਨੂੰ ਸਾਈਕਲ ਦਾ ਸ਼ੌਂਕ ਰਹਿ ਗਿਆ ਵਾ। ਗੱਡੀਆਂ ਸਭ ਕੋਲ ਹੋ ਗਈਆਂ ਨੇ, ਇੰਨੇ ਘਰ ਦੇ ਜ਼ਿਆਦਾ ਮੈਂਬਰ ਨਹੀਂ ਹੁੰਦੇ ਜਿੰਨੀਆਂ ਉਹਨਾਂ ਕੋਲ ਗੱਡੀਆਂ ਦੇ ਸਾਧਨ ਹੋ ਗਏ ਵੇ, ਚਾਹੇ ਸਾਈਕਲ ਹੈ, ਚਾਹੇ ਐਕਟਿਵਾ ਹੈ, ਚਾਹੇ ਮੋਟਰਸਾਈਕਲ ਹੈ, ਚਾਹੇ ਕਾਰ ਹੈ, ਚਾਹੇ ਕੁਝ ਵੀ ਹੈ। ਮਤਲਬ ਲੋਕਾਂ ਦਾ ਫਿਜ਼ੀਕਲੀ ਐਕਟੀਵਿਟੀ ਹੀ ਘਟ ਗਿਆ ਵਾ, ਜਿਹਦੇ ਨਾਲ ਕਿ ਸਾਨੂੰ ਬਹੁਤ ਜ਼ਿਆਦਾ ਬਿਮਾਰੀਆਂ ਨੇ ਘੇਰ ਲਿਆ ਵਾ। ਤੇ ਆਉਣ ਵਾਲਾ ਟਾਈਮ ਪਤਾ ਨਹੀਂ ਹਜੇ ਹੋਰ ਕਿਸ ਤਰ੍ਹਾਂ ਦਾ ਹੋਵੇਗਾ। ਤੇ ਉਸ ਟਾਈਮ ਬੱਚਿਆਂ ਦਾ ਫਿਰ ਨਾ ਮੀਨਸ ਉਹਨਾਂ ਦਾ ਬੋਡੀ ਸਟਰਕਚਰ ਵੀ ਉਸੇ ਤਰ੍ਹਾਂ ਦਾ ਹੋ ਗਿਆ ਵਾ। ਜ਼ਿਆਦਾਤਰ ਉਹ ਆ ਪੈਕਟ ਕੁਰਕੁਰੇ, ਚਿਪਸ, ਲੇਜ਼ ਜਿਹੜੇ ਖਾਂਦੇ ਨੇ, ਸਭ ਰੰਗ ਬਿਰੰਗੇ, ਸਭ ਬੱਚਿਆਂ ਨੂੰ ਲਾਲਚ ਦਿੱਤੇ ਜਾਂਦੇ ਨੇ। ਜਿਵੇਂ ਆ ਕਿਸੇ ਪੈਕਟ ਨਾਲ ਕੋਈ ਚੀਜ਼ ਫ੍ਰੀ ਦੇ ਦਿੰਦੇ ਤਾਂ ਬੱਚੇ ਆਟੋਮੈਟਿਕਲੀ ਉੱਧਰ ਜਾਂਦਾ ਹੈ। ਤੇ ਜਿਨ੍ਹਾਂ ਨਾਲ ਕੀ ਹੁੰਦਾ ਹੈ, ਉਹਨਾਂ ਦੇ ਅੰਦਰ ਜਿਹੜੀਆਂ ਬੱਚਿਆਂ ਦੀ ਵਧਣ ਦੀ ਸ਼ਕਤੀ ਹੁੰਦੀ ਉਹ ਖਤਮ ਹੋ ਜਾਂਦੀ ਇੱਕ ਤਰ੍ਹਾਂ ਨਾਲ, ਹੈ ਨਾ। ਤੇ ਦੂਸਰੇ ਤੇ ਉਹਨਾਂ ਤੇ ਪੜ੍ਹਾਈ ਦਾ ਬੋਝ ਕਿੰਨਾ ਜ਼ਿਆਦਾ ਪੈ ਗਿਆ ਵਾ। ਅਸੀਂ ਵੀ ਆਪਣੇ ਟਾਈਮ ਵਿੱਚ ਪੜ੍ਹੇ ਸੀਗੇ, ਬਟ ਅੱਜ ਕੱਲ ਕੰਪੀਟੀਸ਼ਨ ਦਾ ਜ਼ਮਾਨਾ ਆ ਗਿਆ ਵਾ। ਇੱਕ ਦੂਜੇ ਨੂੰ ਦੇਖਾ ਦੇਖੀ ਪ੍ਰਾਈਵੇਟ ਸਕੂਲਾਂ ਵਿੱਚ ਭੱਜੇ ਜਾ ਰਹੇ ਨੇ। ਉਸ ਟਾਈਮ ਸਾਡੇ ਜ਼ਮਾਨੇ ਵਿੱਚ ਪ੍ਰਾਈਵੇਟ ਸਕੂਲ ਹੁੰਦੇ ਸੀਗੇ, ਬਟ ਇੰਨੇ ਨਹੀਂ ਹੁੰਦੇ ਸੀਗੇ। ਸਰਕਾਰੀ ਸਕੂਲ ਬਹੁਤ ਜ਼ਿਆਦਾ ਹੁੰਦੇ ਸੀਗੇ ਤੇ ਅਸੀਂ ਪੈਦਲ ਜਾਂਦੇ ਸੀ, ਪੈਦਲ ਆਉਂਦੇ ਸੀ। ਮਤਲਬ ਕਹਿਣ ਤੋਂ ਭਾਵ ਕਿ ਲਾਈਫ ਸਟਾਈਲ ਸਾਡਾ ਕਿੰਨਾ ਜ਼ਿਆਦਾ ਬਦਲ ਗਿਆ ਵਾ। ਤਾਂ ਬੱਚਿਆਂ ਨੂੰ ਮੈਂ ਇਸ ਵੀਡੀਓ ਵਿੱਚ ਇਹ ਕਹਿਣਾ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਪਲੀਜ਼ ਤੁਸੀਂ ਬਾਹਰ ਖੇਡਣ ਜਾਣ ਦਿਆ ਕਰੋ। ਗੇਟ ਦੇ ਅੱਗੇ ਆਪ ਅੱਧਾ ਘੰਟਾ ਇੱਕ ਘੰਟਾ ਬੈਠ ਜਾਓ ਤੇ ਬੱਚਿਆਂ ਨੂੰ ਬਾਹਰ ਖੇਡਣ ਜਾਣ ਦਿਆ ਕਰੋ। ਕਿਉਂਕਿ ਅਗਰ ਉਹਨਾਂ ਨੂੰ ਘਰ ਚ ਬਿਠਾਓਗੇ, ਮੋਬਾਈਲ ਦਊਂਗੇ, ਘਰ ਵਿੱਚ ਉਹ ਟੀਵੀ ਦੇਖਣਗੇ, ਟੀਵੀ ਵਿੱਚ ਵਾਈਫਾਈ ਲੱਗੇ ਹੁੰਦੇ ਨੇ, ਅੱਜ ਕੱਲ ਸਮਾਰਟ ਟੀਵੀ ਆ ਗਏ ਵੀ ਫੋਨ ਨਾਲ ਕਨੈਕਟ ਕਰ ਦਿੰਦੇ, ਤੇ ਬੱਚੇ ਆਪਣੇ ਆਪ ਨਹੀਂ ਉੱਠਦੇ ਹੈਗੇ। ਤਾਂ ਚਲੋ ਜੀ, ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਉਮੀਦ ਕਰਦੀ ਹਾਂ ਜੀ ਤੁਹਾਨੂੰ ਵੀਡੀਓ ਪਸੰਦ ਆਵੇਗੀ। ਅਗਰ ਵੀਡੀਓ ਪਸੰਦ ਆਏ ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਤਾਂ ਇਦਾਂ ਦੇ ਹੋਰ ਵਧੀਆ ਵਧੀਆ ਵੀਡੀਓਜ਼ ਦੇਖਣ ਲਈ ਚੈਨਲ ਪੰਜਾਬੀ ਵਲੋਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਤਾਂ ਚਲੋ ਜੀ, ਹੁਣ ਅਸੀਂ ਤੁਹਾਨੂੰ ਕਿਸੇ ਹੋਰ ਵਧੀਆ ਜੇ ਟੌਪਿਕ ਨਾਲ ਮਿਲਾਂਗੇ। ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਰਹੋ, ਹੱਸਦੇ ਰਹੋ, ਵੱਸਦੇ ਰਹੋ ਜੀ।